ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬੀਤੇ 2 ਦਿਨਾਂ ਵਿੱਚ ਮੋਗਾ ਵਿੱਚ 2 ਨੌਜਵਾਨਾਂ ਦੀ ਡਰੱਗ ਓਵਰਡੋਜ਼ ਨਾਲ ਹੋਈ ਮੌਤ, ਮਾਮਲਾ ਨਾ ਦਰਜ ਕੀਤੇ ਜਾਣ ਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਬਦਨੀ ਕਲਾਂ ਦਾ ਕੀਤਾ ਘੇਰਾਓ। ਉਹਨਾਂ ਦੇ ਘਰੇ ਉਹਨਾਂ ਨੇ ਟੀਕਾ ਲਾਤਾ, ਉਹਦੇ ਉਹਨੂੰ 2 ਵਜੇ ਤੱਕ ਪਾਈ ਰੱਖਿਆ ਘਰੇ ਆਪਦੇ। ਮੁੜ ਕੇ ਸਾਡੇ ਚਾਚੇ ਦਾ ਮੁੰਡਾ ਮਿਸਤਰੀ ਦਾ ਕੰਮ ਕਰਦਾ, ਉਹ ਉਹਨਾਂ ਦੇ ਘਰ ਕੋਲੇ ਸੀਗਾ। ਉਹਨੇ ਸਾਨੂੰ ਫੋਨ ਲਾਇਆ, ਕਹਿੰਦਾ ਵਿੱਕੀ ਡਿੱਗਿਆ ਪਿਆ ਉਹਨਾਂ ਦੇ ਘਰੇ, ਜਦੋਂ ਅਸੀਂ ਉਹਨਾਂ ਦੇ ਘਰੋਂ ਲਿਆਂਦਾ ਉਹ ਮਰਿਆ ਪਿਆ ਸੀਗਾ। ਅਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਵੀ ਨਸ਼ਾ ਪਹਿਲਾਂ ਤੋਂ ਕੋਈ ਕਰਦਾ ਸੀਗਾ। ਉਹ ਮੁੰਡਾ ਨਾਲ ਲੈ ਗਿਆ ਉਹਨੂੰ ਘਰੇ, ਅਤੇ ਘਰੇ ਜਾ ਕੇ ਉਹਨੇ ਪਤਾ ਨਹੀਂ ਟੀਕਾ ਟੂਕਾ ਲਾਇਆ ਉਹਦੇ, ਅਤੇ ਨਾਲ ਹੀ ਉੱਥੇ ਉਹਦੀ ਘਰੇ ਉਸਦੀ ਡੈਥ ਹੋ ਗਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਮੋਗਾ ਵਿੱਚ ਬੀਤੇ 2 ਦਿਨਾਂ ਵਿੱਚ 2 ਨੌਜਵਾਨਾਂ ਦੀ ਡਰੱਗ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ। ਬੀਤੀ ਰਾਤ ਮੋਗਾ ਦੇ ਹੀ ਪਿੰਡ ਰਣੀਆਂ ਦਾ ਰਹਿਣ ਵਾਲਾ 21 ਸਾਲਾ ਨੌਜਵਾਨ ਗੁਰਸੇਵਕ ਸਿੰਘ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੇ ਘਾਟ ਉਤਰ ਗਿਆ। ਘਰ ਵਾਲਿਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਥਾਣਾ ਬਦਨੀਕਲਾਂ ਦੇ ਸਾਹਮਣੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਰਣੀਆਂ ਦੇ 21 ਸਾਲਾ ਨੌਜਵਾਨ ਗੁਰਸੇਵਕ ਸਿੰਘ ਦੀ ਚਿੱਟੇ ਦੇ ਓਵਰਡੋਜ਼ ਦੇ ਨਾਲ ਮੌਤ ਹੋ ਗਈ। ਮ੍ਰਿਤਕ ਦੀ ਭੈਣ ਨੇ ਆਪਣੇ ਹੀ ਪਿੰਡ ਦੇ ਇੱਕ ਹੋਰ ਨੌਜਵਾਨ ਤੇ ਦੋਸ਼ ਲਗਾਇਆ ਕਿ ਉਸ ਨੇ ਉਸ ਦੇ ਭਰਾ ਨੂੰ ਚਿੱਟੇ ਦਾ ਓਵਰਡੋਜ਼ ਦਿੱਤਾ ਹੈ, ਜਿਸ ਕਰਕੇ ਉਸ ਦੀ ਮੌਤ ਹੋਈ ਹੈ। ਇਸ ਸੰਬੰਧ ਵਿੱਚ ਜਾਣਕਾਰੀ ਬਦਨੀਕਲਾਂ ਦੇ ਥਾਣੇ ਵਿੱਚ ਦਿੱਤੀ ਗਈ ਸੀ, ਪਰ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਬਦਨੀਕਲਾਂ ਦੇ ਅੱਗੇ ਜਾ ਕੇ ਧਰਨਾ ਦਿੱਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ DSP ਮਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ। ਫਿਲਹਾਲ ਨੌਜਵਾਨ ਦੀ ਲਾਸ਼ ਨੂੰ ਮੋਗਾ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਨੌਜਵਾਨ ਕੱਲ੍ਹ ਹੀ ਮੱਧ ਪ੍ਰਦੇਸ਼ ਤੋਂ ਵਾਪਸ ਆਇਆ ਸੀ, ਜੋ ਆਪਣੇ ਪਿੱਛੇ ਆਪਣੀ ਮਾਂ, ਭੈਣ ਅਤੇ ਇੱਕ ਛੋਟਾ ਭਰਾ ਛੱਡ ਗਿਆ ਹੈ। ਕੀ ਨਾਮ ਹੈ ਜੀ ਤੁਹਾਡਾ? ਮੁਖਵੀਰ ਆ। ਕੀ ਗੱਲ ਹੋਈ ਜੀ ਤੁਹਾਡੇ ਬ੍ਰਦਰ ਨਾਲ? ਕੱਲ੍ਹ ਦੇਸਾਂ ਤੋਂ ਆਇਆ ਸੀਗਾ ਮੇਰਾ ਭਰਾ, ਮਹੀਨਾ ਲਾ ਕੇ ਆਇਆ ਸੀਗਾ ਉੱਥੇ, ਨਾਲ ਦਾ ਲਿਆਜੀ ਸੀਗਾ ਗਗਨ ਹਲਵਾਈ, ਉਹਨੂੰ ਘਰੋਂ ਸੱਦ ਕੇ ਲੈ ਗਿਆ। ਉਹਨਾਂ ਦੇ ਘਰੇ ਉਹਨਾਂ ਨੇ ਟੀਕਾ ਟੂਕਾ ਦਰਸ਼ਨ ਲਾਤਾ ਉਹਦੇ, ਉਹਨੂੰ 2 ਵਜੇ ਤੱਕ ਪਾਈ ਰੱਖਿਆ ਘਰੇ ਆਪਦੇ। ਮੁੜ ਕੇ ਸਾਡੇ ਚਾਚੇ ਦਾ ਮੁੰਡਾ ਮਿਸਤਰੀ ਦਾ ਕੰਮ ਕਰਦਾ, ਉਹ ਉਹਨਾਂ ਦੇ ਘਰ ਕੋਲੇ ਸੀਗਾ। ਉਹਨੇ ਸਾਨੂੰ ਫੋਨ ਲਾਇਆ, ਕਹਿੰਦਾ ਵਿੱਕੀ ਡਿੱਗਿਆ ਪਿਆ ਉਹਨਾਂ ਦੇ ਘਰੇ, ਜਦੋਂ ਅਸੀਂ ਉਹਨਾਂ ਦੇ ਘਰੋਂ ਲਿਆਂਦਾ ਉਹ ਮਰਿਆ ਪਿਆ ਸੀਗਾ। ਸਾਨੂੰ ਇਨਸਾਫ ਚਾਹੀਦਾ, ਹੁਣ ਉਹਨਾਂ ਦੇ ਖਾ ਉਹਨਾਂ ਨੂੰ ਫੜਨਾ ਚਾਹੀਦਾ, ਸਜ਼ਾ ਹੋਣੀ ਚਾਹੀਦੀ ਆ। ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸਾਨੂੰ ਇਨਸਾਫ ਚਾਹੀਦਾ ਹੈ। ਉਹ ਸਰਿਆ ਫਗਨ ਹਲਵਾਈ ਜਿਹੜਾ ਨਾਲ ਦਾ ਲਿਆਜੀ ਜਿਹੜਾ ਵੀ ਮੇਰੇ ਭਰਾ ਦਾ ਘਰੇ ਸੱਦ ਕੇ ਲੈ ਕੇ ਗਏ ਆ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ ਤੁਹਾਡਾ? ਰਾਜਪਾਲ ਸਿੰਘ ਹੈ ਜੀ। ਕੱਲ੍ਹ ਕੀ ਘਟਨਾ ਹੋਈ ਹੈ ਜੀ ਰਣੀਆਂ ਪਿੰਡ ਵਿੱਚ? ਕੱਲ੍ਹ ਜੀ ਇਹਨਾਂ ਦਾ ਬੇਟਾ ਸੀਗਾ, ਇਹਨਾਂ ਉਹਨਾਂ ਮੁੰਡਾ ਨਾਲ ਲੈ ਗਿਆ ਉਹਨੂੰ ਆਪਦੇ ਘਰੇ। ਉਹ ਬੰਦੇ ਪਹਿਲਾਂ ਵੀ ਨਸ਼ਾ ਵੇਚਦੇ ਸੀ, ਅਸੀਂ ਕਮੇਟੀ ਮੈਂਬਰ ਸੀ, ਸਾਡੀ ਸਾਰੀ ਨਸ਼ੇ ਦੇ ਖਿਲਾਫ਼ ਕਮੇਟੀ ਵੀ ਬਣੀ ਹੋਈ ਆ। ਅਸੀਂ ਉਹਨਾਂ ਦੇ ਘਰੇ ਕਮੇਟੀ ਵੱਲ ਜਾ ਕੇ ਤਲਾਹ ਵੀ ਦੇ ਕੇ ਆਏ ਸੀਗੇ, ਜਾ ਕੇ ਆਪ ਖੁਦ ਵੀ ਆਪਦੇ ਮੁੰਡੇ ਨੂੰ। ਉਹ ਕਹਿੰਦੇ ਵੀ ਹੁਣ ਨਹੀਂ ਇਹ ਵੇਚਦਾ। ਸਾਨੂੰ ਕੱਲ੍ਹ ਪਤਾ ਲੱਗਿਆ ਮੁੰਡਾ ਇਹਨਾਂ, ਜਦੋਂ ਉਹਨਾਂ 11 ਵਜੇ 2 ਵਜੇ ਇਹਨਾਂ ਨੂੰ ਫੋਨ ਆਇਆ, ਇਹਨਾਂ ਦਾ ਕੋਈ ਮੈਸਤਰੀ ਭਰਾ ਲੱਗਿਆ ਹੋਣਾ ਗੁੱਡੀ ਦਾ, ਅਤੇ ਉਹਨੇ ਦੱਸਿਆ ਇਹਨਾਂ ਨੂੰ ਫੋਨ ਲਾ ਕੇ, ਅਤੇ ਮੁੰਡੇ ਦੀ ਉਸਦੀ ਉਹਨਾਂ ਦੇ ਘਰੇ ਡੈਥ ਹੋਈ ਪਈ ਸੀਗੀ। ਅਤੇ ਨਸ਼ਾ ਕਰਨ ਦਾ ਇਹਦਾ ਹੀ ਨਹੀਂ ਜੀ, ਅਸੀਂ ਤਾਂ ਕਦੇ ਦੇਖਿਆ ਨਹੀਂ ਗਾ ਮੁੰਡਾ, ਵਧੀਆ ਕੰਮ ਆ। ਇਹਦੇ ਪਿਤਾ ਦੀ ਡੈਥ ਹੋਈ ਸੀਗੀ, ਮੁੰਡੇ ਦੇ ਸਾਰੇ ਸਿਰ 'ਤੇ ਇਹਦੇ ਦੀ ਘਰ ਸੀਗਾ ਜੀ ਸਾਰਾ।
ਚੱਲਦਾ, ਹਲਵਾਈ ਦਾ ਕੰਮ ਕਰਦਾ ਸੀਗਾ ਅਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਵੀ ਨਸ਼ਾ ਪਹਿਲਾਂ ਤੋਂ ਕੋਈ ਕਰਦਾ ਸੀਗਾ। ਉਹ ਮੁੰਡਾ ਨਾਲ ਲੈ ਗਿਆ ਉਹਨੂੰ ਘਰੇ ਅਤੇ ਘਰੇ ਜਾ ਕੇ ਉਹਨੇ ਪਤਾ ਨਹੀਂ ਟੀਕਾ ਟੂਕਾ ਲਾਇਆ ਉਹਦੇ ਅਤੇ ਨਾਲ ਹੀ ਉੱਥੇ ਉਹਦੀ ਘਰੇ ਉਸਦੇ ਡੈਥ ਹੋ ਗਈ ਆ। ਜੋ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਦੇ ਘਰੇ ਇਹਨਾਂ ਨੇ ਟੀਕਾ ਲਾਇਆ ਕਿ ਉਹਨਾਂ ਦੇ ਖਿਲਾਫ਼ ਕਦੇ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਜੀ ਪਹਿਲਾਂ? ਹਾਂਜੀ 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 ਹੋਈ ਹੈ ਜੀ, 2-3 ਵਾਰੀ ਕਾਨੂੰਨੀ ਕਾਰਵਾਈ ਉਹਨਾਂ ਦੇ ਪਹਿਲਾਂ ਨਸ਼ੇ ਦੇ ਵਿੱਚ, ਚਿੱਟੇ ਦੇ ਵਿੱਚ, ਪਹਿਲਾਂ ਡੋਡੇ ਦੇ ਵਿੱਚ ਵੀ ਉਹ ਫੜੇ ਗਏ ਆ। ਤੁਸੀਂ ਅੱਜ ਇੱਥੇ ਧਰਨਾ ਲਾਇਆ ਜੀ ਥਾਣਾ ਬੱਧਨੀ ਕਲਾਂ ਦੇ ਸਾਹਮਣੇ, ਕੀ ਮੰਗ ਹੈ ਜੀ ਪਰਿਵਾਰ ਦੀ? ਇਹਨਾਂ ਦੀ ਮੰਗ ਆ ਜੀ ਬਸ ਇਹਨਾਂ ਨੂੰ ਇਨਸਾਫ਼ ਚਾਹੀਦਾ ਜੀ, ਹੋਰ ਕੁਛ ਨਹੀਂ ਗਾ ਜੀ। ਕੇਰਾ ਸਾਨੂੰ ਮੁਲਾਜ਼ਮਾਂ ਕਹਿਤਾ ਗਾ SHO ਸਾਹਿਬ ਜੀ ਨੇ, ਉਹ ਕਹਿੰਦੇ ਵੀ ਹਾਂ ਇਨਸਾਫ਼ ਤੁਹਾਨੂੰ ਪੂਰਾ 100% ਮਿਲੂਗਾ ਅਤੇ ਬਾਕੀ ਅਸੀਂ ਕੱਲ੍ਹ ਤਾਂ ਹੀ ਦੇਖਣਾ, ਜੇ ਇਨਸਾਫ਼ ਨਾ ਮਿਲਿਆ ਸਾਡਾ ਧਰਨਾ ਇੱਥੇ ਲੱਗੂਗਾ ਜੀ ਥਾਣੇ ਮੂਹਰੇ ਧਰਨਾ। ਕੀ ਗੱਲ ਹੋਈ ਹੈ ਜੀ ਦੱਸਿਓ? ਗੁਰਸੇਵਕ ਸਿੰਘ ਦੀ ਮਾਤਾ ਮੈਂ ਅਤੇ ਗਗਨਾ, ਅਤੇ ਗਗਨਾ ਲੈ ਕੇ ਗਿਆ ਘਰੋਂ 11 ਵਜੇ ਆ ਕੇ, ਪਹਿਲਾਂ ਡੀਸਾਂ ਤੋਂ ਆਇਆ ਵਾ, 11 ਵਜੇ ਘਰੋਂ ਲੈ ਕੇ ਗਿਆ ਸੱਦ ਕੇ ਉਹ। ਮੁੜ ਕੇ 2 ਵਜੇ ਸਾਨੂੰ ਫੋਨ ਆਇਆ ਘਰ ਦੱਸਣ ਆਈ ਕੁੜੀ ਵੀ ਵਿੱਕੀ ਤੁਹਾਡਾ ਡਿੱਗਿਆ ਪਿਆ ਉੱਥੇ ਉਹਨਾਂ ਦੇ ਘਰੇ। ਫਿਰ ਅਸੀਂ ਮੇਰੀ ਕੁੜੀ ਅਤੇ ਮੈਂ ਅਸੀਂ ਦੋਨੇ ਭੱਜ ਗਏ ਮੁੜ ਕੇ, ਮਗਰ ਸਾਡੇ ਇਹ ਜਾਵੜੇ ਦੋਨੇ ਮਾਂ ਪੁੱਤ ਗਵਾਂਢੀ ਉੱਠ ਕੇ। ਤੁਹਾਨੂੰ ਪਤਾ ਸੀਗਾ ਜੀ ਤੁਹਾਡਾ ਲੜਕਾ ਪਹਿਲਾਂ ਵੀ ਕੋਈ ਨਸ਼ਾ ਕਰਦਾ? ਨਹੀਂ ਜੀ ਪਤਾ ਨਹੀਂ ਸੀਗਾ ਸਾਨੂੰ ਤਾਂ, ਇੰਨਾ ਵਧੀਆ ਡੀਸਾਂ 'ਚ ਤਾਂ ਵਧੀਆ ਵਾ, ਉੱਥੇ ਮਹੀਨਾ ਰਹਿ ਕੇ ਆਇਆ ਵਾ। ਹੁਣ ਤੁਹਾਡੀ ਕੀ ਮੰਗ ਹੈ ਜੀ? ਸਾਨੂੰ ਇਨਸਾਫ਼ ਹੁਣ ਚਾਹੀਦਾ। ਕੌਣ ਜ਼ਿੰਮੇਵਾਰ ਹੈ ਜੀ ਇਸ ਲਈ? ਕਿਹੜਾ ਜ਼ਿੰਮੇਵਾਰ ਹੈ? ਉਸਨੇ ਤੁਹਾਨੂੰ ਕੀ ਭਰੋਸਾ ਦਿੱਤਾ ਜੀ? ਉਹ ਕਹਿੰਦੇ ਕੋਈ ਨਹੀਂ ਕਰਾਂਗੇ ਕਾਰਵਾਈ, ਬਿਆਨ ਲੈ ਲੈ ਕੇ ਰਾਂ। ਅੱਛਾ, ਉਸਦੇ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਨੁਸਾਰ ਅਸੀਂ ਉਹ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਪੜਤਾਲ, ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਅਜੇ ਮੁਕੱਦਮਾ ਦਰਜ ਕਰਕੇ ਉਸ ਤੋਂ ਬਾਅਦ ਦੇ ਪ੍ਰੋਸੈਸ ਦੇ ਵਿੱਚ ਗ੍ਰਿਫਤਾਰੀ ਵੀ ਕੀਤੀ ਜਾਊਗੀ। ਗੁਰਪਿਆਰਾ, ਪੁਲਿਸ ਹਰ ਪਾਸਿਓਂ ਕੋਸ਼ਿਸ਼ ਕਰ ਰਿਹਾ ਹੈ ਕਿ ਚਿੱਟੇ ਦੇ ਨਸ਼ੇ ਨੂੰ ਨੱਥ ਪਾਈ ਜਾ ਸਕੇ, ਪੰਜਾਬ ਦੇ ਵਿੱਚੋਂ ਨਸ਼ੇ ਦਾ ਵਗਦਾ ਇਹ 6ਵਾਂ ਦਰਿਆ ਬੰਦ ਕੀਤਾ ਜਾ ਸਕੇ, ਪਰ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਤੇ ਨਾ ਕਿਤੇ ਸਿਆਸਤਦਾਨ ਇਸ ਦੇ ਵਿੱਚ ਆਪ ਸ਼ਾਮਿਲ ਹੋਣ ਕਰਕੇ ਪੂਰੀ ਤਰ੍ਹਾਂ ਇਸ ਨੂੰ ਕਾਬੂ ਨਹੀਂ ਕੀਤਾ ਜਾਂਦਾ, ਜਦਕਿ ਬਹੁਤ ਸਾਰੇ ਚੰਗੇ ਪੁਲਿਸ ਮੁਲਾਜ਼ਮ ਅਤੇ ਚੰਗੇ ਸਿਆਸਤਦਾਨ ਅਜਿਹੇ ਨੇ ਜੋ ਸਮੇਂ ਸਮੇਂ ਸਿਰ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਅਤੇ ਘਟੀਆ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਸਲੇ ਦੇ ਵਿੱਚ ਪਰਿਵਾਰ ਵੱਲੋਂ ਜਿਹਨਾਂ 'ਤੇ ਦੋਸ਼ ਲਾਇਆ ਜਾ ਰਿਹਾ ਹੈ, ਪੁਲਿਸ ਉਹਨਾਂ ਨੂੰ ਕਦੋਂ ਕਾਬੂ ਕਰਦੀ ਹੈ? ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਵਿੱਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।